ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਬਰ। ਜਲੰਧਰ ਦੇ BSF ਚੌਂਕ ਲਾਗੇ ਸੋਮਵਾਰ ਦੀ ਦੁਪਹਿਰ ਇੱਕ ਕਾਰ ਵਾਲੇ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਘੋੜਾ ਗੱਡੀ ਉਸਦੀ ਡਿੱਕੀ ਤੇ ਚੜ ਗਈ। ਘੋੜਾ ਗੱਡੀ ਦੇ ਮਾਲਕ ਮੁਤਾਬਕ ਜਦੋਂ ਉਹ ਚੌਂਕ ਤੇ ਟ੍ਰੈਫਿਕ ਸਿਗਨਲ ਤੇ ਖੜੇ ਸਨ ਤੇ ਅਚਾਨਕ ਹੀ ਪਿੱਛੋਂ ਕਾਰ ਦਾ ਹਾਰਨ ਵੱਜਿਆ ਤੇ ਘੋੜਾ ਡਰ ਗਿਆ ਤੇ ਉਹ ਕਾਰ ਤੇ ਚੜ ਗਿਆ। ਜਲੰਧਰ ਵਿਖੇ ਇੱਕ ਘੋੜਾ ਗੱਡੀ ਦਾ ਘੋੜਾ ਇੱਕ ਕਾਰ ਤੇ ਚੜ ਗਿਆ। ਘੋੜਾ ਗੱਡੀ ਦੇ ਮਾਲਕ ਮੁਤਾਬਕ ਜਦੋਂ ਉਹ ਚੌਂਕ ਦੇ ਟ੍ਰੈਫਿਕ ਸਿਗਨਲ ਤੇ ਖੜੇ ਸਨ ਤੇ ਅਚਾਨਕ ਹੀ ਪਿੱਛੋਂ ਕਾਰ ਦਾ ਹਾਰਨ ਵੱਜਿਆ ਤੇ ਘੋੜਾ ਡਰ ਗਿਆ ਤੇ ਉਹ ਕਾਰ ਤੇ ਚੜ ਗਿਆ। ਜਾਣਕਾਰੀ ਅਨੁਸਾਰ ਹਾਰਨ ਵੱਜਣ ਨਾਲ ਘੋੜਾ ਡਰ ਗਿਆ ਸੀ। ਹਾਂਜੀ ਸਰ, ਜਸਪਾਲ ਮੇਰਾ ਨਾਮ ਹੈ ਜੀ। ਘੋੜਾ ਡਰ ਗਿਆ ਗੱਡੀ ਤੋਂ ਅਤੇ ਉਹ ਜਾ ਕੇ ਕਾਰ ਦੇ ਵਿੱਚ ਵੱਜਿਆ ਜੀ। ਉਹ ਕਿਸ ਤਰ੍ਹਾਂ ਵੱਜਿਆ ਜੀ? ਇੱਕ ਰੋਂਗ ਸਾਈਡ ਆ ਰਹੀ ਜਾਂ ਕਿੱਦਾਂ? ਨਹੀਂ ਨਹੀਂ, ਪਿੱਛੇ ਆ ਰਿਹਾ ਸੀ, ਮੂਹਰੇ ਇਸ਼ਾਰਾ ਸੀਗਾ, ਆਪਣੇ ਲਾਲ ਬੱਤੀ ਹੋਈ ਸੀਗੀ, ਉਹ ਮੂਹਰੇ ਗੱਡੀ 'ਚ ਖੜੀ ਸੀਗੀ। ਮੈਂ ਬਥੇਰਾ ਕੰਟਰੋਲ ਕੀਤਾ ਪਰ ਨਹੀਂ, ਘੋੜਾ ਰੁਕਿਆ ਨਹੀਂ। ਅਤੇ ਲੱਗਾ ਕਿ ਘੋੜੇ ਦੇ ਨਾਲ ਜਿਹੜਾ ਰੇੜਾ ਲੱਗਾ ਜੀ ਹੁੰਦਾ? ਹਾਂਜੀ ਹਾਂਜੀ, ਘੋੜਾ ਰੇੜਾ ਲੱਗਾ। ਜਾਣਾ ਕਿੱਥੇ ਸੀ, ਕਿੱਥੋਂ ਆਇਆ ਜੀ? ਮੈਂ ਦਾਣਾ ਮੰਡੀ ਜਾਣਾ ਸੀਗਾ ਜੀ, ਰਾਮਾ ਮੰਡੀ ਆਇਆ। ਇਸ ਤੋਂ ਬਾਅਦ ਉੱਥੇ ਸਥਾਨਕ ਪੁਲਿਸ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਘੋੜੇ 'ਤੇ ਉਸਦੇ ਮਾਲਕ ਨੂੰ ਥਾਣੇ ਲੈ ਆਉਂਦਾ ਅਤੇ ਕਿਹਾ ਕਿ ਇਸ 'ਤੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਜੀ, ਗੱਡੀ ਲੈ ਕੇ ਆਏ ਸਰ? ਸਾਨੂੰ ਫੋਨ ਆਇਆ ਸੀਗਾ ਕਿ BSF ਸੌਂਚ ਐਕਸੀਡੈਂਟ ਹੋਇਆ, ਘੋੜਾ ਅਤੇ ਆਪਣੀ ਗੱਡੀ ਦਾ ਸੀ। ਘੋੜਾ ਅਚਾਨਕ ਡਰ ਕੇ ਗੱਡੀ ਦੇ ਵਿੱਚ ਜਾ ਟਕਰਾਇਆ, ਉਹ ਦੋਨੇ ਪਾਰਟੀਆਂ ਵੀ ਥਾਣੇ ਲੈ ਆਉਂਦੀਆਂ, ਜੋ ਵੀ ਕਾਰਵਾਈ ਕਾਨੂੰਨੀ ਬਣਦੀ ਉਹ ਕਰਾਂਗੇ। ਅਤੇ ਤੁਹਾਨੂੰ ਕੀ ਲੱਗਦਾ ਜੀ, ਤਾਂ ਘੋੜੇ ਦੇ ਕਾਰਨ ਜਿਹਦਾ ਐਸੇ ਹੋਇਆ ਤਾਂ ਇਹਦਾ ਕੀ ਕਾਰਵਾਈ ਬੰਦੀ ਕਰੋਗੇ ਤੁਸੀਂ? ਜੋ ਵੀ ਬਣਦੀ ਹੋਈ ਉਹ ਕਰਾਂਗੇ। ਦੱਸਿਆ ਵੀ ਜਾਂਦਾ ਹੈ ਕਿ ਇਸ ਦੌਰਾਨ ਇੱਕ ਔਰਤ ਤੇ ਉਸਦੇ ਬੱਚੇ ਨੂੰ ਵੀ ਹਲਕੀ ਜਿਹੀ ਸੱਟ ਲੱਗੀ ਸੀ, ਪਰ ਸਭ ਤੋਂ ਵੱਡੀ ਖੁਸ਼ਕਿਸਮਤ ਦੀ ਗੱਲ ਹੈ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।